ਦੱਸਦਾ ਜਿਹਨੂੰ ਪੰਜਾਬੀ ਚ ਕਹਿੰਦੇ ਧਣਕਦਾ ਟੀਕਾ ਧਣਕਦਾ ਟੀਟਾ ਧਣਕਦਾ ਟੀਟਾ ਹੀ ਨਿਕਲਦਾ ਮੇਰੇ ਮੂੰਹ ਧਣਕਦਾ ਟੀਕਾ ਸੂਜੀ ਵਾਲੀ ਮਕਰੋਨੀ ਹੈ ਜੀ ਮੈਦੇ ਵਾਲੀ ਨੀਗੀ ਸਾਡਾ ਜੀ ਕਰਿਆ ਸੀ ਅੱਜ ਅਸੀਂ ਨਾ ਬਹੁਤ ਟਾਈਮ ਤੋਂ ਖਾਦਾ ਨਹੀਂ ਕੋਈ ਸੱਚੀ ਵਲੌਗ ਚ ਭਾਵੇਂ ਤੁਹਾਨੂੰ ਦੇਖ ਰਿਹਾ ਕਿਉਂਕਿ ਵਲੌਗ ਅੱਗੇ ਪਿੱਛੇ ਦੇ ਹੋ ਗਿਆ ਹੁਣ ਤਾਂ ਇਹ ਝੂਠ ਲੱਗਦਾ ਤੁਹਾਡਾ ਕਹਿਣਾ ਲੱਗਦਾ ਝੂਠਾ ਪਰ ਝੂਠ ਨਹੀਂ ਹੈ ਸੱਚ ਹੈ ਇਹ ਰਹਿਣ ਦੋ ਪਰਸੋਂ ਮੋਮੋਸ ਸਪ੍ਰਿੰਗ ਰੋਲਸ ਖਾ ਕੇ ਆਇਆ ਹੈ ਬਾਜ਼ਾਰ ਮੇਰਾ ਜੀ ਕਰਿਆ ਸੀ ਹਾਂ ਤਾਂ ਫਿਰ ਕੱਲ ਵੀ ਖਾਣ ਲੱਗੇ ਸੀਗੇ ਪਰ ਰੁਕ ਗਏ ਮੈਂ ਦੋ ਵਾਰੀ ਰੇੜੀ ਤੇ ਐ ਵੀ ਕਹਿ ਦਿੰਦੇ ਨੋ ਮੈਦਾ ਓਨਲੀ ਸੂਜੀ ਸੂਜੀ ਮਤਲਬ ਬਹੁਤ ਘਟਾਇਆ ਮੈਂ ਬਹੁਤ ਜ਼ਿਆਦਾ ਘਟਾਇਆ ਮੈਂ ਝੂਠ ਯਾਰ ਕਿਉਂ ਕੋਈ ਨਾ ਵੀਡੀਓਸ ਤਾਂ ਨਹੀਂ ਆ ਤੁਸੀਂ ਚੈੱਕ ਕਰ ਲਿਓ ਵੀ ਟਰਾਂਸਫਰਮੇਸ਼ਨ ਕਿਹਦੇ ਵਿੱਚ ਹੋਈ ਆ ਮਹੀਨਾ ਵੇਟ ਕਰੋ ਦੇਖੋ ਮੈਂ ਨਾ ਅਸੀਂ ਜ਼ਿੰਦਗੀ ਨੂੰ ਬੋਰਿੰਗ ਨਹੀਂ ਕਰ ਸਕਦਾ ਥੋੜਾ ਜਿਹਾ ਮਤਲਬ ਐਂਟਰਟੇਨਿੰਗ ਹੋਊਗਾ ਵੀ ਕੰਮ ਇਦਾਂ ਦਾ ਤੇ ਇਹ ਐਂਟਰਟੇਨਮੈਂਟ ਇਹ ਸੂਜੀ ਵਾਲੀ ਮਕਰੋਨੀ ਦੇ ਖਾ ਕੇ ਉਸ ਤੋਂ ਬਾਅਦ ਆਪਾਂ ਜਿਹੜੀ ਕੱਲ ਮਿੱਟੀ ਰਲਾਈ ਸੀ ਨਾ ਉਹਦੀ ਤਿਆਰੀ ਤਿਉਰੀ ਕਰੀਏ ਮਾੜੀ ਮੋਟੀ ਹੋਰ ਠੀਕ ਹੈ ਤੇ ਚਲੋ ਇਹ ਖਾ ਕੇ ਅੱਜ ਮੈਂ ਕੁਕਿੰਗ ਬਹੁਤ ਟਾਈਮ ਬਾਅਦ ਕੀਤੀ ਹੈ ਬਹੁਤ ਟਾਈਮ ਬਾਅਦ ਪ੍ਰਿੰਕਾ ਕਹਿੰਦੀ ਅੱਜ ਤੁਸੀਂ ਮੈਨੂੰ ਕਿਉਂਕਿ ਮੈਂ ਜ਼ਖਮੀ ਹੋ ਗਈ ਸੀ ਇਸ ਲਈ ਥੋੜਾ ਸੱਟ ਮੈਂ ਤੁਹਾਨੂੰ ਦੱਸਦੀ ਹਾਂ ਪਤਾ ਕੀ ਕਹਿੰਦੇ ਸਵੇਰੇ ਨਾ ਇਹਨਾਂ ਨੇ ਮਾਰਕੀਟ ਜਾਣਾ ਸੀਗਾ ਤੇ ਇਹਨਾਂ ਨੇ ਜੀਨਸ ਪਾਈ ਤੇ ਲੋਅਰ ਚੱਕ ਕੇ ਨਾ ਦਰਵਾਜ਼ੇ ਪਿੱਛੇ ਟੰਗਤਾ ਪਹਿਲੀ ਵਾਰੀ ਖੁਦ ਤੇ ਮੈਨੂੰ ਆ ਕੇ ਕਹਿੰਦੇ ਪ੍ਰਿੰਕਾ ਮੈਂ ਨਾ ਤੇਰਾ ਕੰਮ ਸੌਖਾ ਕਰਤਾ ਮੈਂ ਨਾ ਆਪ ਆਪਣਾ ਲੋਅਰ ਜਿਹੜਾ ਦਰਵਾਜ਼ੇ ਪਿੱਛੇ ਟੰਗ ਦਿੱਤਾ ਮੈਂ ਕਿਹਾ ਹਾਏ ਮੇਰਾ ਕੰਮ ਇੰਨਾ ਸੌਖਾ ਕਰਤਾ ਅੱਜ ਤਾਂ ਮੈਂ ਸਾਰਾ ਦਿਨ ਫ੍ਰੀ ਰਹੂੰਗੀ ਮੈਨੂੰ ਤਾਂ ਕੋਈ ਕੰਮ ਨਹੀਂ ਹੈ ਇੱਦਾਂ ਪੂਰਾ ਸੋਸ਼ਲ ਮੀਡੀਆ ਤੇ ਪ੍ਰਭਾਵ ਪੈ ਰਿਹਾ ਫੋਲੋ ਕਰ ਲਓ ਲੋ ਵੀ ਹੁਣ ਆਪਾਂ ਇਹਦੀ ਤਿਆਰੀ ਕਰੀਏ ਕੈਰੀ ਦੀ ਤੇ ਆਹ ਲਫਾਫਾ ਹੁਣ ਇੱਥੇ ਕੰਮ ਆਊਗਾ ਇੱਥੇ ਨਾ ਇੱਥੋਂ ਫਟ ਗਈ ਸੀ ਕੈਰੀ ਆਹ ਤੇ ਇਹਦੇ ਵਿੱਚ ਆਪਾਂ ਲਫਾਫਾ ਵਿਛਾ ਦਿਆਂਗੇ ਤਾਂ ਮਿੱਟੀ ਇਹਦੇ ਵਿੱਚ ਰੁੜੇ ਨਾ ਜੇ ਪਾਣੀ ਪਾਣੀ ਹੈ ਤਾਂ ਇਕੱਲਾ ਪਾਣੀ ਪੁਣ ਕੇ ਜਾਵੜੇ ਉਹਦੇ ਵਿੱਚ ਦੀ ਆਪਾਂ ਨਾ ਹੁਣ ਇਹਦੇ ਨਾਲ ਆਹ ਸਪੋਰਟ ਲਾਉਣੀ ਹੈ ਕਿਉਂਕਿ ਆਹ ਦੇਖੋ ਸਪੋਰਟ ਚੱਕਦੀ ਤੇ ਜਦੋਂ ਮਿੱਟੀ ਪਾਵਾਂਗੇ ਉਦੋਂ ਵੀ ਇਹਨੇ ਐਂ ਲਿਫ ਜਾਣਾ ਕਿਉਂਕਿ ਸਾਨੂੰ ਤਾਂ ਤਜਰਬਾ ਹੈਗਾ ਇਸ ਚੀਜ਼ ਦਾ ਵੀ ਇਹ ਐਂ ਲਿਫ ਜਾਂਦੀ ਹੈ ਤੇ ਤਾਂ ਆਪਾਂ ਨੇ ਇਹਦੇ ਨਾਲ ਆਹ ਸਪੋਰਟ ਲਾ ਦੇਣੀ ਹੈ ਫਿਰ ਉਦੋਂ ਬਾਅਦ ਮਿੱਟੀ ਪਾਵਾਂਗੇ ਮਿੱਟੀ ਆਪੇ ਸੈੱਟ ਹੋ ਜਾਣੀ ਉਦੋਂ ਬਾਅਦ ਇਹਨੂੰ 15-20 ਦਿਨਾਂ ਬਾਅਦ ਚੱਕਾਂਗੇ ਜਦੋਂ ਮਿੱਟੀ ਜੰਮ ਗਈ ਸੈੱਟ ਹੋ ਗਈ ਲਓ ਜੀ ਦੇਖ ਸਕਦੇ ਹੋ ਤੁਸੀਂ ਮਾਹੌਲ ਇੱਥੇ ਇੱਧਰੋਂ ਵੀ ਸਪੋਰਟ ਲਾਤੀ ਇੱਧਰੋਂ ਵੀ ਸਪੋਰਟ ਲਾਤੀ ਮਿੱਟੀ ਭਰਤੀ ਆ ਉੱਪਰ ਤੱਕ ਪੂਰੀ ਅਤੇ ਇਹ ਮਿੱਟੀ ਇੱਕ ਵਾਰੀ ਆਪਾਂ ਸਾਂਭੀ ਆ ਇੱਥੇ ਕਿਉਂਕਿ ਸਾਨੂੰ ਸ਼ਾਇਦ ਨਾ ਕੁਛ ਕੁ ਦਿਨਾਂ ਲਈ ਬਾਹਰ ਜਾਣਾ ਪੈ ਜੇ ਕੰਮ ਜ਼ਰੂਰੀ ਅਤੇ ਉਦੋਂ ਫਿਰ ਪਿੱਛੋਂ ਪੌਦਿਆਂ ਦੀ ਦੇਖਭਾਲ ਕਰਨੀ ਔਖੀ ਹੋ ਜਾਣੀ ਆ ਅਤੇ ਥੱਲੇ ਜਿਹੜਾ ਆਪਾਂ ਪੁਦੀਨਾ ਡਿੱਪ ਕਰਕੇ ਰੱਖਿਆ ਹੋਇਆ ਪਾਣੀ ਦੇ ਵਿੱਚ ਅਤੇ ਇੱਕ ਉਹ ਪਰਦਾ ਬੇਲ ਅਤੇ ਜੇ ਤਾਂ ਉਹਦੀਆਂ ਜੜ੍ਹਾਂ ਨਿਕਲ ਆਈਆਂ ਉਦੋਂ ਤੱਕ ਅਤੇ ਫਿਰ ਤਾਂ ਐਂ ਕਰਾਂਗੇ ਆਪਾਂ ਲਿਫਾਫਿਆਂ ਦੇ ਵਿੱਚ ਜਿਵੇਂ ਨਰਸਰੀਆਂ ਦੇ ਵਿੱਚ ਨਹੀਂ ਹੁੰਦੇ ਗੇ ਉਹ ਪੋਟਲੀਆਂ ਬਣਾਈਆਂ ਹੁੰਦੀਆਂ ਉਹਨਾਂ ਨੇ ਫਿਰ ਉਵੇਂ ਬਣਾ ਕੇ ਨਾ ਪੋਟਲੀਆਂ ਜਾਂ ਆਪਦੇ ਨਾਲ ਹੀ ਲੈ ਚੱਲਾਂਗੇ ਜਦੋਂ ਉਹਨੂੰ ਪਾਣੀ ਦੀ ਲੋੜ ਆ ਪਾਣੀ ਪਾਤਾ ਅਤੇ ਦੇਖ ਸਕਦੇ ਹੋ ਫਿਰ ਤੁਸੀਂ ਆਹ ਮਾਹੌਲ ਅਤੇ ਹੁਣ ਇੱਥੇ ਸਫਾਈ ਸਫੂਈ ਕਰਦੇ ਹਾਂ ਇੱਕ ਆਹ ਗਮਲਾ ਆਪਾਂ ਤਿਆਰ ਕੀਤਾ ਇਹਦੇ ਵਿੱਚ ਆਪਾਂ ਪੁਦੀਨਾ ਜਾਂ ਧਨੀਆ ਬੀਜਾਂਗੇ ਅਤੇ ਇੱਕ ਜਿਹੜਾ ਆਪਣਾ ਉਹ ਮਿੱਟੀ ਦੀ ਕੜਾਹੀ ਸੀਗੀ ਅਤੇ ਉਹ ਵੀ ਆਪਾਂ ਹੁਣ ਗਮਲੇ ਦਾ ਕੰਮ ਹੀ ਲਵਾਂਗੇ ਕਿਉਂਕਿ ਉਹ ਟੁੱਟ ਗਈ ਹੈ ਅਤੇ ਉੱਤੇ ਹੁਣ ਅਰਲਾ ਡਾਈਟ ਨਾਲ ਜੋੜੀ ਹੈ ਅਤੇ ਉਹ 'ਚ ਕੁਕਿੰਗ ਤਾਂ ਹੁਣ ਪੋਸੀਬਲ ਹੈ ਨਹੀਂ ਗੀ ਅਤੇ ਫਿਰ ਆਪਾਂ ਐਂ ਕਰਾਂਗੇ ਉਹਦੇ ਵਿੱਚ ਪੁਦੀਨਾ ਧਨੀਆ ਬੀਜਾਂਗੇ ਕੁਛ ਨਾ ਕੁਛ ਇਹਦੇ 'ਚ ਆਪਾਂ ਬੀਜਣਾ ਪਾਲਕ ਅਤੇ ਵੀਟ ਗ੍ਰਾਸ ਲਾਵਾਂਗੇ ਇੱਕ ਪਾਸੇ ਅਤੇ ਇਹਦੇ 'ਚ ਜਿਵੇਂ ਦੱਸਤਾ ਧਨੀਆ ਪੁਦੀਨਾ ਅਤੇ ਇੱਧਰ ਬੱਠਲ ਭਰ ਕੇ ਇੱਧਰ ਖਾਦ ਤਿਆਰ ਕੀਤੀ ਹੋਈ ਆ ਇਹ ਖਾਦ ਦਾ ਆਪਾਂ ਐਂ ਕਰਨਾ ਵੀ ਹੈਂਗਿੰਗ ਲਾਉਣੇ ਆ ਆਪਾਂ ਲਮਕਣੇ ਬੂਟੇ ਉਹਦੇ ਵਿੱਚ ਵੇਲਾਂ ਲਾਉਣੀਆਂ ਉਹਦੇ ਵਿੱਚ ਕੀ ਆ ਵੀ ਖਾਦ ਆ ਜਿਹੜੀ ਤੁਹਾਡੀ ਉਹ ਹਲਕੀ ਚਾਹੀਦੀ ਆ ਤਾਂ ਉਹਦੇ ਕਰਕੇ ਆਪਾਂ ਮਿੱਟੀ ਪਾਈ ਆ 40% ਅਤੇ ਬਾਕੀ 60% ਪਾਈ ਆ ਕੋਕੋਪੀਟ ਜਿਹਨੂੰ ਨਹੀਂ ਪਤਾ ਕੋਕੋਪੀਟ ਬਾਰੇ ਉਹ ਨਾਰੀਅਲ ਹੁੰਦਾ ਨਾ ਜਿਹੜਾ ਸੁੱਕਾ ਅਤੇ ਉਹਦੇ ਮਤਲਬ ਉਤਲੇ ਜਿਹੜੇ ਛਿਲਕੇ ਹੁੰਦੇ ਨੇ ਵਾਲ ਜੇ ਉਹਨਾਂ ਨੂੰ ਪੀਸ ਕੇ ਬਣਾਇਆ ਹੁੰਦਾ ਅਤੇ ਉਹ ਕਿਤੋਂ ਵੀ ਖੇਤੀਬਾੜੀ ਵਾਲੇ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਂਦੀ ਹੈ ਈਜ਼ੀਲੀ ਅਤੇ ਉਹ ਮਿਕਸ ਕੀਤੀ ਆਪਾਂ 50 ਰੁਪਏ ਕਿਲੋ ਆਉਂਦੀ ਆ ਅਤੇ ਵਧੀਆ ਯਾਰ ਮਤਲਬ ਘਰੇ ਬੂਟੇ ਲਾਉਣੇ ਜਾਂ ਘਰੇ ਸਬਜ਼ੀਆਂ ਬੀਜਣੀਆਂ ਬਹੁਤ ਸਸਤਾ ਕੰਮ ਹੈ ਇੱਕ ਵਧੀਆ ਗੱਲ ਇਹ ਆ ਵੀ ਵਧੀਆ ਯਾਰ ਜੀ ਲੱਗਦਾ ਤੁਹਾਡਾ ਇਸ ਕੰਮ ਦੇ ਵਿੱਚ ਮਤਲਬ ਵਿਹਲੇ ਨਹੀਂ ਰਹਿੰਦੇ ਤੁਸੀਂ ਇਸ ਕੰਮ ਦੇ ਵਿੱਚ ਜੀ ਲੱਗਦਾ ਇਹ ਇੱਕ ਨਾ ਜਿਵੇਂ ਘਰੇ ਕੋਈ ਜਾਨਵਰ ਪਾਲਣ ਵਾਲਾ ਹਿਸਾਬ ਹੈ ਉਵੇਂ ਬੂਟੇ ਵੀ ਪਾਲਣੇ ਮਤਲਬ ਹੌਬੀ ਹੁੰਦੀ ਹੈ ਕਈ ਲੋਕਾਂ ਦੀ ਤਾਂ ਬੜਾ ਚੰਗਾ ਲੱਗਦਾ ਅਤੇ ਮੈਨੂੰ ਵੀ ਬੜਾ ਵਧੀਆ ਲੱਗਦਾ
ਪਰ ਮੈਂ ਨਾ ਸਮੇਂ ਕਰਕੇ ਨਾ ਵੀ ਬਾਹਲੇ ਨਹੀਂ ਬੀਜਦਾ ਉਹਨੇ ਕੀ ਬੀਜ ਰਿਹਾ ਵੀ ਜਿਹੜੇ ਨਾਲ ਦੀ ਨਾਲ ਖਾਧੇ ਜਾਣ ਨਹੀਂ ਤਾਂ ਮੇਰਾ ਵੱਸ ਹੋਵੇ ਨਾ ਮੈਂ ਇੱਥੇ ਭਰਦਾ ਸਾਰੀ ਛੱਤ ਜੀ ਸਬਜ਼ੀਆਂ ਸੁਬਜ਼ੀਆਂ ਨਾਲ ਉਹ ਮੈਂ ਦੱਸਦਾ ਤੁਹਾਨੂੰ ਫਿਰ ਗਾਹ ਕਿਸੇ ਵਲੋਗ 'ਚ ਦੱਸੂੰਗਾ ਵੀ ਕਿਉਂ ਨਹੀਂ ਇੰਨੇ ਬੀਜ ਰਿਹਾ ਮੈਂ ਅਤੇ ਚਲੋ ਫਿਰ ਹੁਣ ਤੁਹਾਨੂੰ ਪਤਾ ਹੀ ਹੈ ਕੱਲ੍ਹ ਵਾਲੇ ਵਲੋਗ ਜਿਵੇਂ ਤੁਹਾਨੂੰ ਦੱਸਿਆ ਹੀ ਸੀਗਾ ਵੀ ਆਪਾਂ ਫੰਕਸ਼ਨ 'ਤੇ ਜਾਣਾ ਅਤੇ ਹੁਣ ਜਾ ਕੇ ਨਹਾ ਧੋ ਕੇ ਆਪਦੀ ਅਤੇ ਫੰਕਸ਼ਨ 'ਤੇ ਜਾਣ ਦੀ ਤਿਆਰੀ ਕਰੀਏ ਗਲੀ ਦੇ ਵਿੱਚ ਸਾਡੇ ਬੇਲੀ ਮਨੂ ਦਾ ਵਿਆਹ ਅਤੇ ਉਹਦੀ ਅਸੀਂ ਪਾਰਟੀ 'ਤੇ ਚੱਲੇ ਹਾਂ ਮਨੂ ਦੀ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਜੇ ਤੁਹਾਨੂੰ ਉਹ ਦਿਖ ਰਿਹਾ ਉਹ ਉੱਥੇ ਖੜਾ ਕੋਈ ਬੰਦਾ ਇਹ ਮਨੂ ਹੀ ਹੈ ਅਤੇ ਇਹਦੀ ਵੇਖ ਲਓ ਮੁੰਡਾ ਬਾਹਰ ਪੂਰੀ ਤਿਆਰੀਆਂ ਸ਼ਿਆਰੀਆਂ ਕਰ ਰਿਹਾ ਅਤੇ ਆਪਣੀ ਗਲੀ ਦੇ ਵਿੱਚ ਅਖੀਰਲਾ ਘਰ ਹੈ ਅਤੇ ਜਮ੍ਹਾਂ ਨੇੜੇ ਹੀ ਆ ਤੁਹਾਨੂੰ ਦੇਖ ਲਿਆ ਤੁਸੀਂ ਅਤੇ ਲਓ ਵੀ ਮੁੰਡੇ ਨੂੰ ਪੂਰੀ ਟੈਨਸ਼ਨ ਆਪਦੇ ਵਿਆਹ ਦੀ ਅਤੇ ਆਪਦੇ ਕੰਮ ਕਾਰ ਕਰਾਈ ਜਾਂਦਾ ਅਤੇ ਬਸ ਵੀਰੇ ਅਸੀਂ ਵੀ ਆ ਗਏ ਨਹਾ ਧੋ ਕੇ ਥੋੜ੍ਹੇ ਚਿਰ 'ਚ ਅਤੇ ਤਿਆਰ ਤਿਉਰ ਹੋ ਕੇ ਅਤੇ ਚਲੋ ਤੁਹਾਨੂੰ ਜਾ ਕੇ ਫੰਕਸ਼ਨ ਵਿਖਾਉਂਦੇ ਹਾਂ ਅਤੇ ਮਾਫ਼ ਕਰਿਓ ਮੈਨੂੰ ਲੱਗਦਾ ਮੈਂ ਵਲੋਗ 'ਚ ਨਾ ਸਟਾਰਟਿੰਗ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਨਾ ਭੁੱਲ ਗਿਆ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਭਲੂਰੀਆ ਦੇ ਵਿੱਚ ਅਤੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਠੀਕ ਹੋਵੋਗੇ ਅਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਤਿਆਰ ਸ਼ਹਿਰ ਹੋ ਗਏ ਹਾਂ ਅਤੇ ਹੁਣ ਚੱਲਦੇ ਹਾਂ ਆਪਾਂ ਫੰਕਸ਼ਨ 'ਤੇ ਚਲੋ ਜਾ ਕੇ ਦੇਖਦੇ ਹਾਂ ਵੈਸੇ ਨਾ ਸਾਡਾ ਆਂਢ ਗੁਆਂਢ ਹੋਊਗਾ ਸਾਨੂੰ ਸੰਗ ਲੱਗਣੀ ਹੈ ਸ਼ਾਰਟ ਸ਼ੂਟ 'ਚ ਲੈਂਦੇ ਬਾਕੀ ਚੋਰੀ ਛੇਪੇ ਕੋਈ ਇਹੋ ਜਿਹਾ ਮਾਹੌਲ ਜਿਹਾ ਬਣ ਗਿਆ ਤਾਂ ਸ਼ਾਰਟ ਲੈ ਲਾਂਗੇ ਇੱਕ ਦੋ ਅਤੇ ਬਾਕੀ ਠੀਕ ਹੈ ਚੱਲਦੇ ਹਾਂ ਸਾਨੂੰ ਇੰਨੀ ਸੰਗ ਲੱਗੀ ਜਾਂਦੀ ਹੈ ਇੰਨੀ ਜ਼ਿਆਦਾ ਸੰਗ ਲੱਗੀ ਜਾਂਦੀ ਯਾਰ ਪੁੱਛੋ ਨਾ ਆਂਢ ਗੁਆਂਢ ਇੱਕ ਵੀ ਸ਼ਾਰਟ 'ਚ ਲਿਆ ਗਿਆ ਵੇਖਦੇ ਹਾਂ ਬਾਕੀ ਹਾਂਜੀ ਹੋਰ ਪਾਪਾ ਗਏ ਐਂਡ ਵੀ ਆਰ ਬੈਕ ਐਟ ਹੋਮ ਅਸੀਂ ਬਾਲੇ ਸ਼ਾਰਟ ਨਹੀਂ ਲੈ ਸਕੇ ਕਿਉਂਕਿ ਸਾਨੂੰ ਬਹੁਤ ਬਹੁਤ ਜ਼ਿਆਦਾ ਸੰਗ ਲੱਗ ਰਹੀ ਸੀ ਅਤੇ ਬਾਕੀ ਬਹੁਤ ਵਧੀਆ ਫੰਕਸ਼ਨ ਸੀਗਾ ਖਾਣਾ ਪੀਣਾ ਸਾਰਾ ਬਹੁਤ ਵਧੀਆ ਸੀ ਐਂਡ ਵੀ ਆਰ ਬੈਕ ਐਟ ਹੋਮ ਸੋ ਉਮੀਦ ਕਰਦੇ ਤੁਹਾਨੂੰ ਅੱਜ ਦਾ ਵਲੌਗ ਬਹੁਤ ਅੱਛਾ ਲੱਗਿਆ ਹੋਊਗਾ ਅਤੇ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਐਂਡ 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 ਬੈਲ ਆਈਕਨ 'ਤੇ ਕਲਿੱਕ ਕਰ ਲਿਓ ਅਤੇ ਵਲੌਗ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਐਂਡ ਥੈਂਕ ਯੂ ਸੋ ਮੱਚ